ਤੁਸੀਂ ਇਸ ਵਕਤ ਦੇਖ ਲਿਓ 95 ਪੰਜਾਬ ਰੰਗ। ਖੁਸ਼ਾਮਦੇਦ ਕਹਿੰਦਾ ਤੁਹਾਨੂੰ। ਨਜ਼ਰੀਆ ਪਾਕਿਸਤਾਨ ਟਰੱਸਟ ਦੇ ਐਡੀਸ਼ਨਲ ਸੈਕਟਰੀ ਔਰ ਤਹਿਰੀਕ ਪਾਕਿਸਤਾਨ ਵਰਕਰ ਟਰੱਸਟ ਦੇ ਸੈਕਟਰੀ ਦੀ ਹੈਸੀਅਤ ਨਾਲ ਮੈਂ ਕੌਮ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਕਿ 75 ਬਰਸ ਸਾਨੂੰ ਆਜ਼ਾਦੀ ਹਾਸਲ ਕੀਤੇ ਹੋ ਗਏ ਨੇ, ਕਿਵੇਂ ਪਾਕਿਸਤਾਨ ਦੇ 75 ਬਰਸ ਨੇ। ਸਾਨੂੰ ਇਹ ਦਿਨ ਨੂੰ ਇਸੇ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਪਣੇ ਖਾਸ ਦਿਨਾਂ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹ ਇੱਕ ਜਸ਼ਨ ਹੈ, ਇਹ ਇੱਕ ਕੌਮ ਵਾਸਤੇ ਪ੍ਰਾਈਡ ਹੈ ਔਰ ਤਮਾਮ ਕੌਮ ਨੂੰ ਸਾਨੂੰ ਸਟੈਂਡ ਕਰਨਾ ਚਾਹੀਦਾ ਇਸ ਚੀਜ਼ 'ਤੇ ਕਿ ਕਮ ਅਜ਼ ਕਮ ਅਸੀਂ ਆਪਣੇ ਬਣਨ ਵਾਲੇ ਦਿਨ ਨੂੰ ਇਸ ਤਰ੍ਹਾਂ ਸੈਲੀਬ੍ਰੇਟ ਕਰੀਏ ਕਿ ਸਾਡੇ ਅੰਦਰ ਉਹ ਜਜ਼ਬਾ ਜ਼ਿੰਦਾ ਰਹੇ ਔਰ ਅਸੀਂ ਆਪਣੇ ਆਉਣ ਵਾਲੇ ਵਕਤ ਨੂੰ ਸੰਭਾਲ ਕੇ ਰੱਖੀਏ, ਇਸ ਪਾਕਿਸਤਾਨ ਨੂੰ ਸਹਾਰਾ ਦੇਈਏ, ਇਸਤਿਹਕਾਮ ਦੇਈਏ ਕਿ ਇਹ ਆਜ਼ਾਦੀ ਜਿਸ ਤਰ੍ਹਾਂ ਸਾਨੂੰ ਹਾਸਲ ਹੋਈ ਆ ਕੁਰਬਾਨੀਆਂ ਦੇ ਨਾਲ, ਤਹਿਰੀਕ ਦੇ ਨਾਲ, ਜਲਸੇ ਜਲੂਸਾਂ ਦੇ ਨਾਲ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੇ ਨਾਲ, ਸਾਨੂੰ ਇਸ ਦੀ ਹਿਫਾਜ਼ਤ ਔਰ ਇਹਦੀ ਕਦਰ ਉਸੇ ਤਰ੍ਹਾਂ ਕਰਨੀ ਚਾਹੀਦੀ ਆ ਕਿ ਅਸੀਂ ਆਪਣੇ ਮੁਲਕ ਨੂੰ 75 ਬਰਸ ਬਾਅਦ ਦੀ ਇੱਕ ਸਹਾਰਾ ਜ਼ਰੂਰ ਦੇਈਏ ਔਰ ਕਮ ਅਜ਼ ਕਮ ਸੈਲੀਬ੍ਰੇਟ ਕਰੀਏ ਤਾਂ ਕਿ ਕੌਮ ਦੇ ਅੰਦਰ ਜਜ਼ਬਾ ਜਿਹੜਾ ਉਹ ਜ਼ਿੰਦਾ ਰਹੇ।